ਕੋਰੋਨਾ ਵਾਇਰਸ ਦੇ ਚਲਦੇ ਹਰ ਪੰਜਾਬੀ ਕਲਾਕਾਰ ਆਪਣੇ ਫੈਨਸ ਨੂੰ ਲੋਕਾਂ ਨੂੰ ਜਾਗਰੂਕ ਕਰ ਰਿਹਾ ਆਪਣੇ ਆਪਣੇ ਤਰੀਕੇ ਦੇ ਨਾਲ। ਕੁਝ ਦਿਨ ਪਹਿਲਾਂ ਗਿੱਪੀ ਗਰੇਵਾਲ ਨੇ ਵੀ ਲੋਕਾਂ ਅੱਗੇ ਅਪੀਲ ਕੀਤੀ ਸੀਗੀ ਕਿ ਆਪਣੇ ਆਲੇ ਦੁਆਲੇ ਨੂੰ ਸਾਫ਼ ਸੁਥਰਾ ਰੱਖੋ। ਉਹਨਾਂ ਦੀ ਅਪੀਲ ਨੂੰ ਸਵੀਕਾਰ ਕਰਦਿਆਂ ਪਿੰਡ ਦੇ ਵਿੱਚ ਸੈਨੀਟਾਈਜ਼ ਕੀਤਾ ਲੋਕਾਂ ਨੇ ਤੇ ਉਹਨਾਂ ਦੀਆਂ ਕਈਆਂ ਗੱਲਾਂ ਨੂੰ ਫੋਲੋ ਵੀ ਕੀਤਾ। ਕੁਝ ਦਿਨ ਪਹਿਲਾਂ ਸਿੱਧੂ ਮੂਸੇਵਾਲਾ ਨੇ ਵੀ ਆਪਣੇ ਪਿੰਡ ਦੇ ਆਉਣ ਜਾਣ ਵਾਲੇ ਰਸਤੇ ਦੇ ਉੱਤੇ ਸੈਨੀਟਾਈਜ਼ਰ ਤੇ ਪਾਣੀ ਦਾ ਪ੍ਰਬੰਧ ਕੀਤਾ ਤਾਂ ਜੋ ਆਉਣ ਜਾਣ ਵਾਲੇ ਲੋਕ ਹੱਥ ਧੋ ਕੇ ਆਪਣੇ ਆਪ ਨੂੰ ਸਾਫ਼ ਸੁਥਰਾ ਰੱਖ ਸਕਣ। ਪਰ ਉਹਨਾਂ ਦੀ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਆ, ਜਿਸ ਦੀ ਸਾਰੇ ਸ਼ਲਾਘਾ ਕਰ ਰਹੇ ਨੇ। ਹਾਂਜੀ ਪਿਆਰ ਭਾਈ, ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਸਿੱਧੂ ਮੂਸੇਵਾਲਾ ਤੇ ਅੱਜ ਅਸੀਂ ਪਹੁੰਚੇ ਹੋਏ ਹਾਂ DSP ਗਿੱਲ ਸਾਹਿਬ ਤੇ DSP ਮਾਨਸਾ ਪੰਜਾਬ ਪੁਲਿਸ, ਤੇ ਅੱਜ ਅਸੀਂ ਪਿੰਡ ਮੂਸੇ ਦੀ ਫਿਰਨੀ 'ਤੇ ਖੜ੍ਹੇ ਹਾਂ ਜੀ। ਰਾਤ ਦਾ ਘੱਟੋ ਘੱਟ ਮੈਂ ਕਹਿੰਦਾ ਸਵਾ ਘੱਟ ਦਾ ਟਾਈਮ, 8 ਮਿੰਟ ਦਾ ਟਾਈਮ ਹੋਇਆ ਹੋਇਆ, ਅਤੇ ਇੱਥੇ ਅਸੀਂ ਤੁਹਾਡੇ ਨਾਲ ਇੱਕ ਮੈਸੇਜ ਸਾਂਝਾ ਕਰਨ ਵਾਸਤੇ ਇਕੱਠੇ ਹੋਏ ਹਾਂ। ਦਰਅਸਲ ਜੋ ਪੰਜਾਬ ਦੇ ਵਿੱਚ ਯਾਨੀ ਕਿ ਪੂਰੀ ਦੁਨੀਆ ਦੇ ਉੱਤੇ ਚੱਲ ਰਿਹਾ ਹੈ, ਉਹਦੇ ਬਾਬਤ ਦੇਸ਼ਾਂ ਦੇ ਵਿੱਚ ਕਿੰਨਾ ਕੁਛ ਹੋ ਰਿਹਾ, ਦੁਨੀਆ ਕਿੰਨਾ ਵੱਧ ਰਿਹਾ, ਉਹਨੂੰ ਦੱਸਣ ਦੇ ਲਈ ਮੈਨੂੰ ਲੱਗਦਾ ਅਤੇ ਉਹਦੇ ਬਾਬਤ ਆਪਣੇ ਇੰਡੀਆ ਦੇ ਵਿੱਚ ਕੀ ਚੱਲ ਰਿਹਾ ਹੈ ਨਾ, ਅਤੇ ਕਿੱਦਾਂ ਦੀ ਕਿੱਦਾਂ ਦਾ ਸਿਸਟਮ ਲਾਗੂ ਹੋ ਰਿਹਾ, ਕਿੱਦਾਂ ਰੂਲ ਐਂਡ ਰੈਗੂਲੇਸ਼ਨ ਚੱਲ ਰਿਹਾ, ਮੈਂ ਤੁਹਾਡੇ ਲਈ ਥੋੜ੍ਹਾ ਜਿਹਾ ਚਾਨਣਾ ਪਾਉਣਾ ਅਤੇ ਪਹਿਲਾਂ ਤੁਹਾਨੂੰ ਮੈਂ ਉਹਨਾਂ ਬਾਰੇ ਗਿਆਨ ਦਊਂਗਾ ਅਤੇ ਉਹ ਤੋਂ ਬਾਅਦ ਥੋੜ੍ਹਾ ਬਹੁਤ ਯਾਨੀ ਕਿ ਜਿਹੜੀ ਚੀਜ਼ ਲਈ ਅੱਜ ਇਕੱਠੇ ਹੋਏ ਹਾਂ, ਸਾਰੇ ਯਾਨੀ ਕਿ ਕਰੋਨਾ ਵਾਇਰਸ ਦੇ ਲੱਛਣਾਂ ਤੋਂ ਆਪਾਂ ਜਾਣਦੇ ਹਾਂ, ਠੀਕ ਹੈ ਜੀ, ਅਤੇ ਆਪਾਂ ਇਹਦੇ ਤੋਂ ਕੀ ਯਾਨੀ ਕਿ ਆਪਾਂ ਇਹਦੇ ਤੋਂ ਪ੍ਰੀਕੋਸ਼ਨਸ ਲੈਣੀ, ਇਹਨਾਂ ਬਾਰੇ ਵੀ ਤੁਹਾਨੂੰ ਦੱਸਣ ਦੀ ਲੋੜ ਨਹੀਂ। ਦੂਜੀ ਗੱਲ, ਆਈਸੋਲੇਸ਼ਨ ਕੀਤੀ ਗਈ ਹੈ ਨਾ ਜੀ। ਆਈਸੋਲੇਸ਼ਨ ਮਤਲਬ ਇਹ ਹੈ ਵੀ ਆਪਾਂ ਪਿੰਡੋ ਪਿੰਡ ਯਾਨੀ ਕਿ ਇੱਕ ਪ੍ਰਬੰਧ ਕਰ ਰਹੇ ਹਾਂ ਆਪਣੇ ਲੈਵਲ 'ਤੇ, ਹੈ ਨਾ, ਅਤੇ ਸਾਡੇ DGP ਪੰਜਾਬ ਪੁਲਿਸ, SSP ਮਾਨਸਾ, ਨਰਿੰਦਰ ਭਾਰਗਵ ਜੀ, DGP ਸਾਹਿਬ ਦਿਨਕਰ ਗੁਪਤਾ ਜੀ ਦੇ ਯਾਨੀ ਕਿ ਜੋ ਇੰਡੀਕੇਸ਼ਨਸ ਦੇ ਰਹੇ ਆ ਉਹਦੇ ਮੁਤਾਬਕ ਅਸੀਂ ਆਪੋ ਆਪਣੇ ਪਿੰਡ ਸੀਲ ਕਰ ਰਹੇ ਹਾਂ। ਜਿਵੇਂ ਹੁਣ ਮੈਂ ਮੇਰਾ ਪਿੰਡ ਮੂਸਾ, ਅਤੇ ਅਸੀਂ ਇੱਥੇ ਯਾਨੀ ਕਿ 7 ਰਾਹ ਲੱਗਦੇ ਨੇ ਅਤੇ 7 ਰਾਹਾਂ ਨੂੰ ਅਸੀਂ ਸੀਲ ਕਰ ਦਿੱਤਾ, ਅਤੇ ਹਰੇਕ ਪਿੰਡ ਦੇ ਵਿੱਚ ਇੱਕ ਇੱਕ ਵਿਲੇਜ ਪੁਲਿਸ ਅਫਸਰ ਹੈ ਜਿਹੜਾ ਉਹਦੀ ਯਾਨੀ ਕਿ ਉਸ ਰੰਗੀ ਉਹ ਬਾਹਰ ਜਾ ਸਕਦਾ ਪਿੰਡ ਤੋਂ ਜੇ ਕੋਈ ਜ਼ਰੂਰਤਮੰਦ ਹੈਗਾ ਜਾਂ ਕੋਈ ਬਿਮਾਰ ਹੈ ਜਾਂ ਕੁਛ ਹੋ ਰਿਹਾ ਨਾ। ਯਾਨੀ ਕਿ ਨਿਰਧਾਰਿਤ ਜਿਹੜੇ ਰੂਲ ਐਂਡ ਰੈਗੂਲੇਸ਼ਨ ਪੰਜਾਬ ਪੁਲਿਸ ਕਰ ਰਹੀ ਹੈ ਉਹ ਯਾਨੀ ਕਿ ਉਸ ਪਿੰਡ ਨੂੰ ਯਾਨੀ ਕਿ ਸਮਝਾ ਰਿਹਾ ਹੈਗਾ ਵੀ ਬਾਈ ਤੁਸੀਂ ਆਹ ਚੀਜ਼ਾਂ ਕਰਨੀਆਂ ਨੇ, ਹੈ ਨਾ। ਹੁਣ ਸਾਡੇ ਪਿੰਡ ਦੇ ਵਿੱਚ ਹਾਕਮ ਸਿੰਘ ਦਾ ਔਫਿਸਰ ਹੈ ਜਿਹੜਾ ਸਾਰਾ ਕੁਛ ਦੇਖ ਰੇਖ ਕਰ ਰਿਹਾ ਨਾ, ਅਤੇ ਸਾਰਾ ਈਵਨ ਪਾਸ ਦਾ ਕਿਹਨੇ ਜਾਣਾ ਕਿਹਨੇ ਨਹੀਂ ਜਾਣਾ ਸਾਰੀ ਉਹਦੀ ਜ਼ਿੰਮੇਵਾਰੀ ਹੈ। ਬਸ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਬੇਨਤੀ ਕਰਨੀ ਵੀ ਅਸੀਂ ਕੀ ਕਰਨਾ, ਅਸੀਂ ਕਰਨਾ ਵੀ ਜੋ ਹੁਣ ਸਾਰਿਆਂ ਨੂੰ ਪਤਾ ਵੀ ਥੋੜ੍ਹਾ ਜਿਹਾ ਔਖਾ ਟਾਈਮ ਚੱਲ ਰਿਹਾ ਨਾ ਸਾਰਿਆਂ 'ਤੇ, ਹੈ ਨਾ, ਤਾਂ ਕੀ ਕਰਨਾ ਆਪਾਂ ਜੋ ਆਪਣੇ ਲਈ ਸੜਕਾਂ 'ਤੇ ਤੁਰੇ ਫਿਰਦੇ ਲੋਕ, ਹੈ ਨਾ, ਸਾਡਾ ਪੰਜਾਬ ਪੁਲਿਸ ਮਹਿਕਮਾ, ਡਾਕਟਰ ਪੇਸ਼ੇ, ਜਿੰਨੇ ਵੀ ਡਾਕਟਰਸ ਨੇ, ਹੈ ਨਾ, ਆਪਾਂ ਉਹਨਾਂ ਨੂੰ ਸਪੋਰਟ ਕਰੀਏ। ਸਪੋਰਟ ਆਪਾਂ ਕਿਵੇਂ ਕਰ ਸਕਦੇ ਹਾਂ, ਜਿੰਨੇ ਵੀ ਰੂਲ ਐਂਡ ਰੈਗੂਲੇਸ਼ਨ ਹੈ ਉਹਨਾਂ ਨੂੰ ਇੰਡੀਕੇਸ਼ਨ ਯਾਨੀ ਕਿ ਜੋ ਵੀ ਇੰਡੀਕੇਸ਼ਨ ਸਾਨੂੰ ਦਿੱਤਾ ਜਾ ਰਿਹਾ ਉਹਨੂੰ ਅਸੀਂ ਫੋਲੋ ਕਰੀਏ। ਹੁਣ ਸਾਡੇ ਪਿੰਡ ਵਿੱਚ ਅਸੀਂ ਕੀ ਕੀਤਾ, ਸਾਡੇ 7 ਰਾਹ ਲੱਗਦੇ ਨੇ, 7 ਰਾਹਾਂ 'ਤੇ ਪੰਜ ਜਣਿਆਂ ਦਾ ਪੈਰ ਹੈ। ਉਹ ਕੀ ਕਰਦੇ ਨੇ, ਨੀਲੀਆਂ ਟੈਂਕੀਆਂ ਨੇ ਉੱਥੇ, ਸੈਨੇਟਾਈਜ਼ਰ ਸੋਪਸ ਨੇ, ਉਹਨੂੰ ਯਾਨੀ ਕਿ ਉਹਦੇ ਆਪਾਂ ਹੈਂਡ ਸੈਨੇਟਾਈਜ਼ਰ ਕਰਕੇ ਫਿਰ ਹੀ ਉਹਨੂੰ ਪਿੰਡ 'ਚ ਐਂਟਰ ਹੋਣ ਦਿੰਦੇ, ਠੀਕ ਹੈ ਨਾ ਜੀ। ਅਤੇ ਮੈਂ ਤੁਹਾਨੂੰ ਸਾਰੇ ਜਿੰਨੇ ਮੇਰੇ ਵੀਰ ਭਰਾ ਨੇ ਸਾਰਿਆਂ ਨੂੰ ਇਹੀ ਮੈਸੇਜ ਹੈ ਵੀਰੇ, ਬਹੁਤ ਸਾਰੇ ਉਸਨੂੰ ਫੋਲੋ ਕਰੋ ਅਤੇ ਆਪਾਂ ਇੱਕ ਦੂਜੇ ਤੋਂ ਸਪੋਰਟ ਕਰੀਏ, ਹਾਮੀ ਬਣੀਏ, ਤਾਂ ਕਰਕੇ ਆਪਾਂ ਇਸ ਚੀਜ਼ ਦਾ ਨਿਪਟਾਰਾ ਕਰ ਸਕਦੇ ਹਾਂ। ਅਤੇ ਬਸ ਇਹੀ ਤੁਹਾਨੂੰ ਬੇਨਤੀ ਸੀ, ਬਾਕੀ ਆਪਣਾ ਖਿਆਲ ਰੱਖੋ। ਜਿਵੇਂ ਮੈਂ ਤੁਹਾਨੂੰ ਇੱਕ ਚੀਜ਼ ਤੁਹਾਨੂੰ ਯਾਨੀ ਕਿ ਪਰਫੋਰਮਾ ਦਿਖਾ ਵੀ ਦਿੰਦਾ ਵੀ ਇੱਦਾਂ ਅਸੀਂ ਬੈਰੀਗੇਟਸ ਲਾਏ ਸੀ ਅਤੇ ਉਹ ਪਰਲੇ ਪਾਸੇ ਪਾਣੀ ਵਾਲੀ ਟੈਂਕੀ ਆ, ਹੈ ਨਾ, ਆਜੋ ਜੀ ਦਿਖਾ ਦਿਓ। ਯਾਨੀ ਕਿ ਜੋ ਵੀ ਬੰਦਾ ਪਿੰਡ 'ਚ ਐਂਟਰ ਹੋਊਗਾ ਉੱਥੋਂ ਪਹਿਲਾਂ ਇੱਥੇ ਰੁਕੂਗਾ, ਠੀਕ ਹੈ ਨਾ, ਇੱਥੋਂ ਪਾਣੀ ਵਾਲੀ ਟੈਂਕੀ ਆ,
ਨਾਲ ਵੀ ਆਪਾਂ ਇੱਦਾਂ ਹਰੇਕ ਪਿੰਡ ਦੇ ਵਿੱਚ ਹਰੇਕ ਰਾਹਾਂ ਦੇ ਚਰਸਤਿਆਂ ਦੇ ਆਪਾਂ ਲਾ ਸਕਦੇ ਹਾਂ ਜੇ ਆਪਾਂ ਚਾਹੁੰਦੇ ਹਾਂ, ਯਾਨੀ ਕਿ ਵੀ ਸਾਰੇ ਬੰਦੇ ਸੈਨੀਟਾਈਜ਼ ਹੋ ਕੇ ਵੜਨ। ਬਾਕੀ ਇੱਥੋਂ ਇਹ ਵੀ ਹੈ ਵੀ ਇੱਥੋਂ ਇਹਦਾ ਵੀ ਪਤਾ ਲੱਗ ਜਾਂਦਾ ਵੀ ਕਿੰਨੇ ਬੰਦੇ ਪਿੰਡ 'ਚ ਐਂਟਰ ਹੋ ਰਹੇ ਆ, ਕੌਣ ਕੌਣ ਬੰਦਾ ਪਿੰਡ ਨੂੰ ਲੀਵ ਕਰ ਰਿਹਾ। ਸੋ ਮੈਂ ਕਹਿੰਦਾ ਵੀ ਸਾਰਿਆਂ ਨੂੰ ਵੀ ਥੋੜ੍ਹੀ ਥੋੜ੍ਹੇ ਪਿੰਡ ਵਾਲਿਆਂ ਨੂੰ ਵੀ ਸਪੋਰਟ ਕਰਨਾ ਚਾਹੀਦਾ, ਜਿਹੜਾ ਵੀ ਉੱਥੇ ਅਫਸਰ ਲੱਗਿਆ ਹੋਇਆ, ਜੋ ਉਹਨਾਂ ਦਾ ਦੇਖ ਰੇਖ ਕਰਨ ਲਈ ਲੱਗਿਆ ਹੋਇਆ, ਪਾਸ ਦੇਣ ਲਈ ਲੱਗਿਆ ਹੋਇਆ ਵੀ ਕਿਹਨੇ ਜਾਣਾ ਕਿਹਨੇ ਨਹੀਂ ਜਾਣਾ, ਵੀ ਸਾਰੇ ਕਰੋ, ਕੋਸ਼ਿਸ਼ ਕਰੋ ਵੀ ਸਾਰੇ ਪਿੰਡ ਦੇ ਜਿੰਨੇ ਆਸੇ ਪਾਸੇ ਰਸ ਲੱਗੇ ਆਪਣਾ ਪਿੰਡ। ਬਸ ਇਹੀ ਬੇਨਤੀ ਸੀਗੀ, ਬਾਕੀ ਪਰਮਾਤਮਾ ਅੱਗੇ ਦੁਆ ਕਰਦਾ ਵੀ ਸਾਰੇ ਚੰਗੇ ਭਲੇ ਜਾਂ ਠੀਕ ਠਾਕ ਜੋ ਇਸ ਚੀਜ਼ ਲਈ ਲੜ ਰਹੀਆਂ ਅਤੇ ਰੂਲ ਐਂਡ ਰੈਗੂਲੇਸ਼ਨ ਅਪਲਾਈ ਕਰ ਰਹੀਆਂ ਅਤੇ ਉਹਨੂੰ ਫੋਲੋ ਕਰੋ। ਸਤਿ ਸ਼੍ਰੀ ਅਕਾਲ। ਜਿਵੇਂ ਸਿੱਧੂ ਮੂਸੇਵਾਲੇ ਨੇ ਪੁਲਿਸ ਦੇ ਨਾਲ ਮਿਲ ਕੇ ਆਪਣੇ ਪਿੰਡ ਨੂੰ ਸੀਲ ਕਰ ਦਿੱਤਾ ਹੈ, ਆਉਣ ਜਾਣ ਵਾਲੇ ਲੋਕਾਂ ਤੋਂ ਪੁੱਛਿਆ ਜਾ ਰਿਹਾ ਕਿ ਉਹ ਕਿੱਥੇ ਜਾ ਰਹੇ ਨੇ, ਕਿੱਥੋਂ ਆ ਰਹੇ ਨੇ। ਉਵੇਂ ਹੀ ਜੇਕਰ ਹਰ ਪਿੰਡ ਦੇ ਵਿੱਚ, ਹਰ ਸ਼ਹਿਰ ਦੇ ਵਿੱਚ, ਹਰ ਗਲੀ ਦੇ ਵਿੱਚ ਪ੍ਰਬੰਧ ਕੀਤਾ ਜਾਵੇ ਤਾਂ ਅਸੀਂ ਇਸ ਭਿਆਨਕ ਬਿਮਾਰੀ ਤੋਂ ਜਲਦੀ ਨਜਿੱਠ ਸਕਦੇ ਹਾਂ। All World Open Challenge 17 time gold medalist Mian Rafiq Mohammed Pandit Maulvi Begum Tantrik inna chora thagga to savdan specialist Vashikaran satta number love marriage pati patni ch anban videsh ch pakka hona karobar da na chalna sirf 31 ghantiyan vich samadhan free 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 Mian Rafiq Mohammed mobile 84374 94647 84374 94648।